ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਜਿਹੜੀ ਇਹ ਵੀਡੀਓ ਹੈ ਸਪੈਸ਼ਲ ਮੇਰੇ ਨਰਮੇ ਵਾਲੇ ਕਿਸਾਨ ਭਰਾਵਾਂ ਵਾਸਤੇ ਹੈ ਜਿਹੜਿਆ ਨੇ ਨਰਮੇ ਦੀ ਫਸਲ ਬੀਜ ਰੱਖੀ ਹੈ ਉਹਦੇ ਵਾਸਤੇ ਥੋੜੀ ਜੀ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦੇ ਆ ਜਿਵੇਂ ਕਿ ਹੁਣ ਜਿਹੜੇ ਵੀ ਅਗੇਤੇ ਨਰਮੇ ਆ ਜਿਹੜਿਆਂ ਦੀ 60 ਦਿਨਾਂ ਤੋਂ ਉੱਪਰ ਏਜ ਹੋ ਗਈ 60 ਦਿਨ ਹੋ ਗਏ ਜਿਹੜਿਆਂ ਦੀ ਬਜਾਈ ਕਰਨ ਨੂੰ ਉੱਤੇ ਹੋ ਗਏ ਜਾਂ ਹਾਈਟ ਉਹਨਾਂ ਦੀ 2.5 2.5 3 3 ਫੁੱਟ ਹੋ ਚੁੱਕੀ ਹੈ ਤਾਂ ਉਹਨਾਂ ਦੇ ਵਿੱਚ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਹੋਊਗਾ ਵੀ ਚਿੱਟਾ ਮੱਛਰ ਹੈ ਜਿਹੜਾ ਵਾਈਟ ਫਲਾਈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹੈ ਅੱਜ ਤੋਂ 3 ਸਾਲ ਪਹਿਲਾਂ ਜਿਹੜੀ ਸਿਚੁਏਸ਼ਨ ਆਈ ਸੀ ਚਿੱਟੇ ਮੱਛਰ ਦੀ ਉਹ ਸਿਚੁਏਸ਼ਨ ਹੁਣੇ ਹੀ ਹੋਈ ਪਈ ਹੈ ਉਹ ਕੰਡੀਸ਼ਨ ਹੋਈ ਪਈ ਹੈ ਨਰਮਿਆਂ 'ਚ ਹੁਣੇ ਵੀ ਇੰਨਾ ਜ਼ਿਆਦੇ ਚਿੱਟਾ ਮੱਛਰ ਉੱਡ ਰਿਹਾ ਤੇ ਉਹਨਾਂ ਦੇ ਆਂਡਿਆਂ ਦੀ ਮਾਤਰਾ ਨਿਮਫ ਬਹੁਤ ਜ਼ਿਆਦੇ ਹੈ ਜਿਹਦੇ ਨਾਲ ਥਲੜੇ ਪੱਤੇ ਜਿਵੇਂ ਤੇਲ ਲੱਗਿਆ ਹੁੰਦਾ ਉੱਤੇ ਆਏ ਹੋ ਕੇ ਤੇ ਕਾਲੇ ਹੋ ਰਹੇ ਆ ਤੁਸੀਂ ਕਈ ਖੇਤਾਂ ਦੇ ਵਿੱਚ ਦੇਖਿਆ ਹੋਊਗਾ ਜਿਵੇਂ ਜਿਹੜੇ ਸਰੋਂ ਵਾਲੇ ਬਾਣ ਦੇ ਨਰਮੇ ਆ ਆਪਣੇ ਏਰੀਆ ਚ ਲੋਕਲ ਹਨਮਾਨਗੜ੍ਹ ਤੇ ਗੰਗਾ ਨਗਰ ਆ ਏਰੀਆ ਜਿਹੜਾ ਇਹਦੇ ਵਿੱਚ ਜਿਹੜੇ ਸਰੋਂ ਵਾਲੇ ਬਾਣਾਂ ਦੇ ਨਰਮੇ ਆ ਉਹਨਾਂ ਦੇ ਵਿੱਚ ਇਹ ਜਿਆਦਾ ਸਮੱਸਿਆ ਹੈ ਕਿਉਂ ਉਹਨਾਂ ਦੇ ਵਿੱਚ ਖੁਸ਼ਕੀ ਜਿਆਦਾ ਸੀ ਖੁਸ਼ਕੀ ਕਾਰਨ ਇਹ ਦਿੱਕਤ ਜਿਆਦਾ ਆਈ ਹੋਈ ਹੈ ਤੁਸੀਂ ਅਗਰ ਕਿਸੇ ਫਾਰਮਰ ਨੇ ਮੰਨ ਲਓ ਨਰਮਾ ਗੇਤਾ ਬੀਜਿਆ ਤਾਂ ਉਹ ਦੇਖਦਾ ਉਹਦੇ ਵਿੱਚ ਉਹਨੂੰ ਚਿੱਟਾ ਮੱਛਰ ਤਾਂ ਦਿਖ ਰਿਹਾ ਵੀ ਚਿੱਟਾ ਮੱਛਰ ਬਹੁਤ ਜਿਆਦਾ ਹੈ ਪਰ ਸਪਰੇਅ ਕਰਨ ਦੀ ਕੋਈ ਨਹੀਂ ਸੋਚ ਰਿਹਾ ਕਿਉਂਕਿ ਫਾਰਮਰ ਨੂੰ ਕੀ ਹੈ ਜਿਹੜੀ ਸੋਚ ਹੈ ਆਪਣੀ ਜ਼ਿਮੀਦਾਰਾਂ ਦੀ ਉਹ ਆ ਹੈ ਵੀ ਜੇ ਹੁਣੇ ਹੀ ਸਪਰੇਅ ਕਰਨ ਲੱਗੇ ਤਾਂ ਪਤਾ ਨਹੀਂ ਕਿੰਨਿਆਂ ਕੋ ਹੋ ਜਾਣੀਆਂ ਕਿਵੇਂ ਪਾਰ ਪਾਉਗੇ ਪਰ ਇੱਕ ਸੋਚਣ ਵਾਲੀ ਗੱਲ ਹੈ ਵੀ ਕੋਈ ਵੀ ਬਿਮਾਰੀ ਹੈ ਜੇ ਆਪਾਂ ਉਹਨੂੰ ਆਉਂਦੀ ਨੂੰ ਹੀ ਕੰਟਰੋਲ ਕਰ ਲਿਆ ਤਾਂ ਆਪਣੇ ਵਾਸਤੇ ਫਾਇਦਾ ਹੈ ਪਰ ਜਦੋਂ ਉਹਦਾ ਅਟੈਕ ਇੰਨਾ ਜ਼ਿਆਦਾ ਹੋ ਗਿਆ ਵੀ ਨਰਮਾ ਖਰਾਬ ਹੋਣ ਲੱਗ ਗਿਆ ਉਦੋਂ ਆਪਾਂ ਸਪਰੇਅ ਕਰਾਂਗੇ ਤਾਂ ਨਾ ਤਾਂ ਦੇਖੋ ਕਿਸੇ ਵਧੀਆ ਦਵਾਈ ਦਾ ਰਿਜ਼ਲਟ ਆਉਣਾ ਤੇ ਨਾ ਹੀ ਆਪਣੀ ਫਸਲ ਛੇਤੀ ਸਹੀ ਹੋਣੀ ਹੈ ਨੁਕਸਾਨ ਜ਼ਿਆਦਾ ਹੋ ਜਾਊਗਾ ਤਾ ਕਰਕੇ ਸਾਰੇ ਜਣੇ ਆਪੋ ਆਪ ਦੇ ਖੇਤਾਂ 'ਚ ਸਪਰੇਅ ਤੁਸੀਂ ਟਾਈਮ ਤੇ ਕਰੋ ਕਿਉਂਕਿ ਚਿੱਟੇ ਮੱਛਰ ਦਾ ਜਿਹੜਾ ਅਟੈਕ ਹੈ ਗੁਲਾਬੀ ਸੁੰਡੀ ਤੋਂ ਵੀ ਖਤਰਨਾਕ ਹੈ ਆਪਾਂ ਕੀ ਸਾਰੇ ਸੋਚ ਰਹੇ ਆਂ ਵੀ ਹਾਂ ਕਿਤੇ ਸੁੰਡੀ ਨਾ ਆ ਜਾਏ ਕਿਤੇ ਆਹ ਦਿੱਕਤ ਨਾ ਹੋ ਜਾਏ ਪਰ ਮੱਛਰ ਇਹਨਾਂ ਦਿਨਾਂ ਦੇ ਵਿੱਚ ਅਗੇਤੇ ਨਰਮਿਆਂ 'ਚ ਬਹੁਤ ਜ਼ਿਆਦਾ ਹੈ ਤੁਸੀਂ ਆਪੋ ਆਪਣੇ ਖੇਤਾਂ ਦੇ ਵਿੱਚ ਜਾ ਕੇ ਦੇਖੋ ਜਿਹੜਾ ਚਿੱਟਾ ਮੱਛਰ ਹੈ ਚਿੱਟਾ ਮੱਛਰ ਜ਼ਿਆਦਾ ਵਧਣ ਦਾ ਕਾਰਨ ਕੀ ਹੈ ਇਹ ਖੁਸ਼ਕੀ 'ਚ ਬਹੁਤ ਜ਼ਿਆਦਾ ਵਧਾ ਹੈ ਇਹਦਾ ਜਿਹੜਾ ਉੱਡਣ ਵਾਲਾ ਜਿਵੇਂ ਆਪਾਂ ਕਹਿ ਦਈਏ ਉੱਡਦਾ ਬਹੁਤ ਜ਼ਿਆਦਾ ਚਿੱਟਾ ਮੱਛਰ ਤਾਂ ਉੱਡਣ ਵਾਲਾ ਚਿੱਟਾ ਮੱਛਰ ਇੰਨਾ ਹੀ ਨੁਕਸਾਨ ਕਰਦਾ ਵੀ ਉਹ ਆਂਡੇ ਦੇ ਦਿੰਦਾ ਪਰ ਜਿਹੜੀ ਆਂਡਿਆਂ ਵਾਲੀ ਸਟੇਜ ਹੈ ਨਾ ਨਿੰਫ ਆਪਾਂ ਬੋਲ ਦਿੰਨੇ ਆ ਪੱਤਾ ਕਾਲਾ ਹੋ ਜਾਂਦਾ ਚੀਕਣਾ ਹੋ ਜਾਂਦਾ ਉਹ ਨਿੰਫ ਕਰਨੇ ਹੁੰਦਾ ਜਿਹੜੇ ਉਹਦੇ ਆਂਡੇ ਆ ਉਹ ਆਂਡੇ ਤੁਸੀਂ ਜਿਵੇਂ ਕੋਈ ਪੱਤਾ ਤੋੜੋਗੇ ਨਰਮੇ ਦਾ ਤਾਂ ਨਰਮੇ ਦੇ ਪੱਤੇ ਦੇ ਥੱਲੇ ਤੁਸੀਂ ਦੇਖੋਗੇ ਤਾਂ ਛੋਟੇ 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 ਦਾਣੇ ਜੇ ਹੁੰਦੇ ਆ ਉਹ ਸਭ ਤੋਂ ਜ਼ਿਆਦਾ ਨੁਕਸਾਨ ਵਾਲੀ ਸਟੇਜ ਹੁੰਦੀ ਹੈ ਚਿੱਟੇ ਮੱਛਰ ਦੀ ਉਹਦੇ ਵਾਸਤੇ ਆਪਣੇ ਕਈ ਦਵਾਈਆਂ ਜਿਵੇਂ ਤੁਸੀਂ ਕਰ ਸਕਦੇ ਹੋ ਪਰ ਸਭ ਤੋਂ ਬੈਸਟ ਵਧੀਆ ਜਿਹੜਾ ਪ੍ਰੋਡਕਟ ਹੈ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਊਲਾਲਾ ਦੀ ਤੁਸੀਂ ਸਪਰੇਅ ਕਰੋ ਯੂਪੀਐਲ ਕੰਪਨੀ ਦੀ ਇੱਕ ਊਲਾਲਾ ਨਾਮ ਦੀ ਦਵਾਈ ਆਉਂਦੀ ਹੈ ਉਹ ਚੰਗੀ ਤਰ੍ਹਾਂ ਹਰੇ ਮੱਛਰ ਨੂੰ ਵੀ ਬਹੁਤ ਵਧੀਆ ਮਤਲਬ ਹੈ ਜਿਹੜਾ ਮਾਰਦੀ ਹੈ ਆਪਣੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇ ਦੂਜਾ ਜਿਹੜਾ ਚਿੱਟਾ ਮੱਛਰਾ ਉਹਦੇ ਜਿਹੜੇ ਨਿੰਫ ਹੈ ਆਂਡੇ ਹੈ ਉਹਨਾਂ ਨੂੰ ਉਹ ਖਤਮ ਕਰ ਦਿੰਦੀ ਹੈ ਜਿਹੜਾ ਕਿ ਬਿਮਾਰੀ ਤੋਂ ਆਪਣੀ ਫਸਲ ਬਚ ਜਾਂਦੀ ਹੈ ਤੇ ਉਹਦੀ ਸਭ ਤੋਂ ਵੱਡੀ ਖਾਸੀਅਤ ਆ ਉਹ ਦਵਾਈ ਕਿਸੇ ਵੀ ਹਸਾਬ ਨਾਲ ਨਰਮੇ ਨੂੰ ਕਰੜਾ ਹਾਰਡ ਜਾਂ ਪਕਾਉਂਦੀ ਨਹੀਂ ਗੀ ਨਰਮੇ ਨੂੰ ਕੱਚਾ ਹੀ ਰੱਖੂਗੀ ਵਧੀਆ ਉਹਦੇ ਵਿੱਚ ਬੂਟੇ ਦੇ ਵਿੱਚ ਕਲੋਰੋਫਿਲ ਵਧੂਗਾ ਹਰਾਪਣ ਆਊਗਾ ਤੇ ਜਿਵੇਂ ਆਪਾਂ ਨੂੰ ਹੁਣ ਸਪੈਸ਼ਲ ਖੇਤ ਜਾਣ ਦੀ ਆ ਜ਼ਰੂਰਤ ਹੈ ਵੀ ਜਿਵੇਂ ਹੁਣ ਮੀਂਹ ਪਿਆ ਤਾਂ ਆਪਾਂ ਜਾਈਏ ਦਵਾਈ ਵੀ ਜ਼ਿਆਦਾ ਅਸਰ ਕਰੂਗੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਖੇਤ ਜਾ ਕੇ ਦੇਖੋ ਆਪਦੀ ਫਸਲ ਨੂੰ ਸੰਭਾਲੋ ਠੀਕ ਹੈ ਉਹਦੇ ਚ ਸਪਰੇਅ ਕਰੋ ਟਾਈਮ ਤੇ ਅਗਰ ਤੁਸੀਂ ਟਾਈਮ ਤੇ ਸਪਰੇਅ ਕਰੋਗੇ ਤਾਂ ਫਸਲ ਵਧੀਆ ਹੋਊਗੀ ਅਗਰ ਆਪਾਂ ਢੀਕ ਦੇ ਰਹੇ ਨਹੀਂ ਹਜੇ ਤਾਂ ਨਹੀਂ ਕਰਨੀ ਠਹਿਰ ਕੇ ਕਰਾਂਗੇ ਤਾਂ ਆਪਣਾ ਨੁਕਸਾਨ ਬਹੁਤ ਜ਼ਿਆਦਾ ਹੋ ਜੂਗੀ ਅਗੇਤਿਆ ਨਰਮਿਆਂ ਚ ਤੁਸੀਂ ਦੇਖੋ ਜਾ ਕੇ ਵੀ ਬਹੁਤ ਜ਼ਿਆਦਾ ਦਿੱਕਤ ਇਹ ਆਈ ਵੀ ਹੈ ਬਾਕੀ ਹੋਰ ਵੀ ਬਹੁਤ ਪ੍ਰਕਾਰ ਦੀਆਂ ਬਿਮਾਰੀਆਂ ਨਰਮਿਆਂ ਚ ਆਉਂਦੀਆਂ ਹਨ ਉਹਨਾਂ ਵਾਸਤੇ ਅਗਲੀ ਵੀਡੀਓ ਲੈ ਕੇ ਤੁਹਾਡੇ ਤਾਈ ਆਵਾਂਗੇ ਪਰ ਇਸ ਟਾਈਮ ਤੁਸੀਂ ਇਸ ਗੱਲ ਦਾ ਖਿਆਲ ਕਰੋ ਤੇ ਇਸ ਦੇ ਵਾਸਤੇ ਸਭ ਤੋਂ ਵਧੀਆ ਦਵਾਈ ਹੈ ਊਲਾਲਾ ਜਿਹਦੇ ਵਿੱਚ ਫਲੋਨਿਕਾ ਮਾਈਡ ਟੈਕਨੀਕਲ ਹੈ ਤੇ 50 ਗ੍ਰਾਮ ਬਿੱਗੇ ਦੀ ਉਹਦੀ ਡੋਜ਼ ਹੈ ਤੁਸੀਂ ਉਹਦੀ ਸਪਰੇਅ ਕਰੋ ਤਾਂ ਤੁਹਾਡਾ ਨਰਮਾ ਚਿੱਟੇ ਮੱਛਰ ਤੋਂ ਬਚੂਗਾ ਅਗਰ ਸ਼ੁਰੂ ਚ ਹੀ ਆਪਾਂ ਵਧੀਆ ਦਵਾਈ ਕਰਾਂਗੇ ਵਧੀਆ ਸਪਰੇਅ ਕਰਾਂਗੇ ਤਾਂ ਅੱਗੇ ਫਸਲ ਵਧੀਆ ਰਹੂਗੀ ਅਗਰ ਆਪਾਂ ਸੋਚ ਲਾਂਗੇ ਨਹੀਂ ਆਪਾਂ ਤਾਂ ਪਹਿਲਾਂ ਕੋਈ ਥੋੜੀ ਬਹੁਤ ਹਲਕੀ ਫੁਲਕੀ ਦਵਾਈ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਦਵਾਈ ਕਰਾਂਗੇ ਤਾਂ ਉਦੋਂ ਨੂੰ ਅਟੈਕ ਬਹੁਤ ਜ਼ਿਆਦਾ ਹੋ ਜਾਂਦਾ ਹੈ ਮੱਛਰ ਦਾ ਤੇ ਫਸਲ ਦਾ ਨੁਕਸਾਨ ਵੀ ਹੋ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੈ ਬਾਕੀ ਮੈਂ ਥੱਲੇ ਆਪਦਾ ਨੰਬਰ ਵੀ ਮੈਂਸ਼ਨ ਕਰੂੰਗਾ ਜੇ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਬਾਕੀ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਜਾਂ ਨੋਲੇਜ ਹੈ ਉਹ ਮੈਂ ਤੁਹਾਡੇ ਤੱਕ ਪਹੁੰਚਦੀ ਕਰੂੰਗਾ ਦੇਖੋ ਬਾਕੀ ਜਿਹੜੇ ਭਰਾਵਾਂ ਨੇ ਹਜੇ ਤਾਈਂ ਮੇਰਾ ਚੈਨਲ ਹੈ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਹੋਰ ਵੀ ਵੀਡੀਓ ਆਪਾਂ ਹੌਲੀ-ਹੌਲੀ ਜਿਵੇਂ ਵੀ ਹੋਊਗਾ ਅਪਡੇਟ ਕਰਾਂਗੇ ਤੇ ਤੁਹਾਨੂੰ ਟਾਈਮ-ਟਾਈਮ ਤੇ ਸਾਰੀ ਜਾਣਕਾਰੀ ਦਿੰਦੇ ਰਵਾਂਗੇ ਸਤਿ ਸ੍ਰੀ ਅਕਾਲ